ਐਸੀ ਫੈਲਗੀ ਕਰੋਨਾ ਮਹਾਮਾਰੀ, ਕਿੱਥੋਂ ਆਈ ਇਹ ਚੰਦਰੀ ਬਿਮਾਰੀ ਕਿ ਦੁਨੀਆ ਦੀ ਮਤ ਮਾਰਦੀ। ਮਤਲਬ ਪ੍ਰਸ਼ੰਸਾ ਹੁੰਦੀ ਹੈ ਗਾਣਿਆਂ 'ਚ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਹੱਥ ਧੋ ਲਓ ਸਾਬਣ ਨਾਲ, ਬੇ ਨਾਲੇ ਧੋਵੋ ਵਾਰੋ ਵਾਰ, ਮੂੰਹ ਤੇ ਬੰਨ ਲਵੋ ਰੁਮਾਲ, ਕਰੋਨਾ ਆ ਨਾ ਜਾਵੇ। ਸ਼ੂਟਿੰਗ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਲਮੋਨੀ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਆਪਣੇ ਸਟੂਡੀਓ 'ਚ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਹਰਭਜਨ ਮਨੋਲੀ ਜੀ। ਆਓ ਇਹਨਾਂ ਦੀ ਗਾਇਕੀ ਬਾਰੇ ਕੁਛ ਕਰਦੇ ਹਾਂ ਗੱਲਬਾਤ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤਾਜ ਵੀਡੀਓ ਸ਼ੂਟਿੰਗ ਚੈਨਲ ਦੇ ਸਾਰੇ ਹੀ ਟੀਮ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ। ਹਾਂਜੀ ਦਰਸ਼ਕੋ, ਅਸੀਂ ਅੱਜ ਆਪਣੇ ਫਨਕਾਰ ਨਾਲ ਇਹਨਾਂ ਦੀ ਗਾਇਕੀ ਬਾਰੇ ਅਤੇ ਇਹਨਾਂ ਦੀ ਕੁਛ ਪਰਸਨਲ ਗੱਲਾਂ, ਅਤੇ ਇਸ ਮਹਾਮਾਰੀ ਦੇ ਕਾਰਨ ਜਿਹੜੀ ਲੋਕਡਾਊਨ ਹੋਈ ਹੈ ਇਹਦੇ ਨਾਲ ਸਾਡੀ ਇੰਡਸਟਰੀ ਨੂੰ ਕੀ ਘਾਟਾ ਪਿਆ ਹੈ, ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋ? ਦੇਖੋ ਜੀ, ਇੰਡਸਟਰੀ ਨੂੰ ਤਾਂ ਬਹੁਤ ਘਾਟਾ ਪਿਆ ਹੈ ਜੀ, ਕਰੋੜਾਂ ਅਰਬਾਂ ਦਾ ਘਾਟਾ ਪਿਆ ਹੈ। ਸਭ ਤੋਂ ਵੱਡਾ ਘਾਟਾ ਇਹ ਪਿਆ ਹੈ ਕਿ ਲੋਕ ਡਿਪਰੈਸ਼ਨ ਦੇ ਵਿੱਚ ਚਲੇ ਗਏ ਸੀ। ਆਪਣਾ ਜਿਹਨਾਂ ਕੋਲ ਜ਼ਿਆਦਾ ਕੰਮ ਸੀਗਾ ਉਹ ਹਰ ਵੇਲੇ ਬਿਜ਼ੀ ਰਹਿੰਦੇ ਸੀ, ਸੋ ਇੱਕਦਮ ਉਹ ਫ੍ਰੀ ਹੋ ਗਏ, ਵਿਹਲੇ ਹੋ ਗਏ, ਤਾਂ ਉਹ ਡਿਪਰੈਸ਼ਨ 'ਚ ਚਲੇ ਗਏ ਕਿਉਂਕਿ ਉਹਨਾਂ ਦੀ ਜਿਹੜੀ ਰੂਟੀਨ ਸੀ ਉਹ ਸਾਰਾ ਰੂਟੀਨ ਮਤਲਬ ਅਪਸੈਟ ਹੋ ਗਿਆ, ਅਤੇ ਕੰਮ ਵੀ ਨਹੀਂ ਰਿਹਾ ਅਤੇ ਇਨਕਮ ਦਾ ਸੋਰਸ ਵੀ ਨਹੀਂ ਰਿਹਾ ਅਤੇ ਮੇਲ ਜੋਲ ਵੀ ਨਹੀਂ ਰਿਹਾ ਆਪਣੇ ਮਿੱਤਰ ਪਿਆਰਿਆਂ ਦੋਸਤਾਂ ਨਾਲ, ਆਪਣੀ ਟੀਮ ਦੇ ਨਾਲ ਕਿਸੇ ਨਾਲ ਮੇਲ ਜੋਲ ਨਹੀਂ ਰਿਹਾ। ਸੋ ਇਸ ਤਰ੍ਹਾਂ ਦਾ ਇੰਡਸਟਰੀ ਦੇ ਵਿੱਚ ਹੋਇਆ ਅਤੇ ਸਰਕਾਰਾਂ ਵੱਲੋਂ ਵੀ ਕੋਈ ਇਸ ਇੰਡਸਟਰੀ ਨੂੰ ਕੋਈ ਜ਼ਿਆਦਾ ਮਤਲਬ ਨਹੀਂ ਦਿੱਤਾ ਗਿਆ ਕੁਛ ਮੁਆਵਜ਼ਾ ਵਗੈਰਾ, ਜਾਂ ਇਹਨਾਂ ਦੀ ਕੋਈ ਹੈਲਪ ਨਹੀਂ ਕੀਤੀ ਗਈ, ਇਹਨਾਂ ਬਾਰੇ ਕੋਈ ਜ਼ਿਆਦਾ ਸੋਚਿਆ ਨਹੀਂ ਗਿਆ। ਸੋ ਸਾਡੇ ਮੈਂ ਇਹੋ ਹੀ ਇਸ ਚੈਨਲ ਦੇ ਰਾਹੀਂ ਤਾਜ ਸਟੂਡੀਓ ਜੀ ਇਹਨਾਂ ਦੇ ਚੈਨਲ ਦੇ ਰਾਹੀਂ ਮੈਂ ਇਹੋ ਹੀ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਜੀ, ਮੈਂ ਅਪੀਲ ਕਰਦਾ ਕਿ ਇਹਨਾਂ ਬਾਰੇ ਵੀ ਕੁਛ ਸੋਚਿਆ ਜਾਵੇ ਫਿਲਮ ਇੰਡਸਟਰੀ ਬਾਰੇ, ਕਿਉਂਕਿ ਇਸ ਲਾਈਨ ਦੇ ਨਾਲ ਬਹੁਤ ਸਾਰੀਆਂ ਬਹੁਤ ਘਰ ਚੱਲਦੇ ਨੇ। ਬਹੁਤ ਜਿਵੇਂ ਕਹਿ ਲਓ ਕਿ ਇੱਕ ਜਦੋਂ ਕਿਸੇ ਦਾ ਵਿਆਹ ਹੁੰਦਾ ਉਸ ਵਿਆਹ ਦੇ ਨਾਲ ਪਤਾ ਨਹੀਂ ਕਿੰਨਿਆਂ ਕੁ ਨੂੰ ਰੋਜ਼ੀ ਰੋਟੀ ਮਿਲਣੀ ਹੁੰਦੀ ਹੈ। ਦੇਖੋ ਉਸ ਵਿਆਹ ਦੇ ਵਿੱਚ ਬਾਜਾ ਵੱਜਦਾ, ਸਹਿਨਾਈਆਂ ਵੱਜਦੀਆਂ ਨੇ, ਹਾਂਜੀ, ਕੋਈ ਮਹਿੰਦੀ ਲਗਾਉਂਦਾ, ਕੋਈ ਬਿਊਟੀ ਪਾਰਲਰ ਵਾਲਿਆਂ ਦੇ ਕੰਮ ਹੁੰਦੇ ਨੇ, ਅਤੇ ਨਾਲ ਸੰਗੀਤ ਦਾ ਹੁੰਦਾ, ਲੇਡੀ ਸੰਗੀਤ ਦਾ ਹੁੰਦਾ ਹੈ ਜੀ, ਅਤੇ ਬਾਜੇ ਢੋਲਕੀ ਘੋੜੀਆਂ ਵਾਲਿਆਂ ਦੇ। ਉਹ ਇੱਕ ਦਿਨ ਮੈਂ ਵੀਡੀਓ ਦੇਖ ਰਿਹਾ ਸੀ, ਉਹ ਜਿਹੜੇ ਘੋੜੀਆਂ ਵਾਲੇ ਸੀ ਉਹ ਵਿਚਾਰੇ, ਉਹਨਾਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਘੋੜੀ 'ਤੇ ਹੁਣ ਬੈਠਦਾ ਹੀ ਕੋਈ ਨਹੀਂ ਕਿਉਂਕਿ ਵਿਆਹ ਹੀ ਨਹੀਂ ਹੋ ਰਹੇ, ਉਹ ਵਿਚਾਰੇ ਲਾਚਾਰ ਹੋਏ ਪਏ ਨੇ, ਦਿਹਾੜੀਆਂ ਕਰਦੇ ਨੇ, ਇਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ। ਸੋ ਕਈ ਵਾਰੀ ਤਾਂ ਇਹ ਲੱਗਦਾ ਕਿ ਪਤਾ ਨਹੀਂ ਅਸੀਂ ਸਾਡਾ ਜ਼ਿੰਦਗੀ ਜੀਣ ਦਾ ਤਰੀਕਾ ਹੀ ਬਦਲ ਗਿਆ ਹੈ, ਮਤਲਬ ਇਹ ਕਰੋਨਾ ਮਹਾਂਮਾਰੀ ਨੇ ਸਭ ਕੁਝ ਚੇਂਜ ਕਰਤਾ। ਸੋ ਇਸ ਬਾਰੇ ਸਰਕਾਰ ਨੂੰ ਜਿਵੇਂ ਹੋਰਾਂ ਬਾਰੇ ਸੋਚਦੇ ਨੇ, ਇਸ ਸਾਡੇ ਕਲਾਕਾਰਾਂ ਵਾਲੇ, ਫਿਲਮ ਇੰਡਸਟਰੀ ਬਾਰੇ, ਹੋਰ ਸਟੂਡੀਓ ਵਾਲੇ ਜਿਵੇਂ ਇਸ ਲਾਈਨ ਨਾਲ ਜੁੜੇ ਹੋਏ ਨੇ ਜਿਹੜੇ, ਉਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ, ਉਹਨਾਂ ਦੀ ਰੋਜ਼ੀ ਰੋਟੀ ਦਾ ਧਿਆਨ ਰੱਖਣਾ ਚਾਹੀਦਾ, ਉਹਨਾਂ ਦੇ ਪਰਿਵਾਰ, ਕਿਉਂਕਿ ਇਸੇ ਦੇ ਜ਼ਰੀਏ ਉਹਨਾਂ ਦਾ ਪਰਿਵਾਰ ਚੱਲਦੇ ਨੇ, ਇਹ ਸਾਰੇ ਕੰਮ ਬੰਦ ਹੋ ਗਏ ਨੇ, ਹੁਣ ਉਹ ਵਿਚਾਰੇ ਕਿੱਥੇ ਜਾਣ, ਕਿਹਨੂੰ ਕਹਿਣ, ਇਹ ਇੱਕ ਬਹੁਤ ਬੜੀ ਮਤਲਬ ਦੁੱਖ ਦੀ ਗੱਲ ਹੈਗੀ ਹੈ ਜੀ। ਹਰਭਜਨ ਮਨੋਲੀ ਜੀ ਦੀ ਅਪੀਲ ਹੈ ਸਾਡੀ ਸਰਕਾਰ ਨੂੰ, ਅਤੇ ਦਰਸ਼ਕੋਂ ਤੁਸੀਂ ਵੀ ਸਾਥ ਦਿਓ, ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡੇ ਜਿੰਨੇ ਵੀ ਰੁਜ਼ਗਾਰ ਕੰਮ ਸਾਰੇ ਚੱਲਦੇ ਸੀਗੇ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਏ, ਅਤੇ ਸਾਡੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੀਏ ਅਤੇ ਸਾਡੀ ਇੰਡਸਟਰੀ 'ਚ ਬਾਹਰ ਆ ਜਾਏ। ਮਨੋਲੀ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਆਹ ਦੱਸੋ ਕਿ ਤੁਹਾਡਾ ਹੁਣ ਆਉਣ ਵਾਲਾ ਪ੍ਰੋਜੈਕਟ ਕਿਹੜਾ ਹੈਗਾ? ਹਾਂਜੀ ਮੈਡਮ ਜੀ, ਪ੍ਰੋਜੈਕਟ ਤਾਂ ਮੇਰੇ 3-4 ਸੌਂਗ ਰਿਕਾਰਡ ਹੋ ਚੁੱਕੇ ਨੇ ਜੀ, ਸੋ ਇਹ ਕਰੋਨਾ ਕਰਕੇ ਇਹ ਥੋੜ੍ਹੇ ਡਿਲੇ ਹੋ ਗਏ ਨੇ ਜੀ, ਅਤੇ ਵੈਸੇ ਅੱਜ ਕੱਲ੍ਹ ਜਿੰਨੇ ਵੀ ਗਾਣੇ ਆਪਾਂ ਦੇਖਦੇ ਹਾਂ ਸੁਣਦੇ ਹਾਂ ਉਹ ਸਾਰੇ ਗਾਣੇ ਫਿਲਮਾਉਣੇ ਪੈਂਦੇ ਨੇ, ਉਹ ਸਾਰੇ ਗਾਣੇ ਪਿਕਸਰਾਈਜ਼ ਕਰਨੇ ਪੈਂਦੇ ਨੇ। ਸੋ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਸਾਰੇ ਕੰਮ ਬੰਦ ਪਏ ਨੇ, ਥੀਏਟਰ ਬੰਦ ਪਏ ਨੇ, ਸੋ ਸਾਰੇ ਸਿਨੇਮੇ ਹਾਲ ਬੰਦ ਪਏ ਨੇ।
ਸੋ ਸਾਰੇ ਮਿਊਜ਼ਿਕ ਨਾਲ ਜਿੰਨੇ ਵੀ ਸੀਗੇ ਉਹ ਸਭ ਬੰਦ ਪਏ ਨੇ, ਆਪਾਂ ਸ਼ੂਟ ਨਹੀਂ ਕਰ ਸਕਦੇ, ਗਾਣਾ ਰਿਲੀਜ਼ ਨਹੀਂ ਕਰ ਸਕਦੇ। ਤਾਂ ਪਬਲਿਕ ਪਲੇਸ ਦੇ ਵਿੱਚ ਗੈਦਰਿੰਗ, ਕਿਉਂਕਿ ਜਿੱਥੇ ਕਲਾਕਾਰ ਜਾਂਦਾ ਉੱਥੇ ਗੈਦਰਿੰਗ ਹੋ ਜਾਂਦੀ ਹੈ, ਲੋਕ ਆ ਜਾਂਦੇ ਨੇ, ਸੋ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ, ਸੋ ਮੈਂ ਆਪਣੇ ਵੱਲੋਂ, ਇਸ ਸਟੂਡੀਓ ਵੱਲੋਂ, ਆਪਣੀ ਪੂਰੀ ਟੀਮ ਵੱਲੋਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਇਸ ਗਾਣੇ ਸ਼ੂਟ ਕਰਨ ਦੀ, ਇਸ ਲਾਈਨ ਦੇ ਵਿੱਚ ਆਪ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ, ਤਾਂ ਜੋ ਅਸੀਂ ਕੋਈ ਨਾ ਕੋਈ ਐਸਾ ਰਸਤਾ ਲੱਭਿਆ ਜਾਵੇ ਕਿ ਸਾਡਾ ਵੀ ਕੰਮ ਚੱਲਦਾ ਰਹੇ ਅਤੇ ਕੰਮ ਬੰਦ ਨਾ ਹੋਵੇ, ਥੀਏਟਰ ਜਾਂ ਇਸ ਲਾਈਨ ਨਾਲ ਕੋਈ ਵੀ ਹਤਾਸ਼ ਨਾ ਹੋਵੇ। ਜੀ ਮਨੋਲੀ ਜੀ, ਜਿੱਦਾਂ ਤੁਸੀਂ ਕਿਹਾ ਜ਼ਰੂਰ ਸਾਡੇ ਰੱਬ ਨੇ ਇੱਦਾਂ ਦਾ ਕਰਨਾ ਹੈਗਾ, ਬਿਮਾਰੀ ਤੋਂ ਛੇਤੀ ਨਿਜਾਤ ਮਿਲ ਜਾਣੀ ਹੈ। ਅਤੇ ਤੁਸੀਂ ਇੱਕ ਗੱਲ ਦੱਸੋ ਮੈਨੂੰ, ਜਿੱਦਾਂ ਆਪਣੇ ਪੁਰਾਣੇ ਟਾਈਮ ਦੇ ਸੌਂਗ ਹੁੰਦੇ ਸੀਗੇ ਆਪਾਂ ਰੇਡੀਓ 'ਚ ਸੁਣਦੇ ਸੀ, ਹੁਣ ਤਾਂ ਚਲੋ ਰੇਡੀਓ ਦੇ ਨਾਲ ਨਾਲ ਅਸੀਂ ਵੀਡੀਓ ਵੀ ਦੇਖਦੇ ਹਾਂ, ਪਹਿਲਾਂ ਦੇ ਟਾਈਮ 'ਤੇ ਇੱਦਾਂ ਹੁੰਦਾ ਸੀ ਜਿੱਦਾਂ ਆਪਾਂ ਸੌਂਗ ਸੁਣ ਰਹੇ ਹਾਂ ਅਤੇ ਨਾਲ ਨਾਲ ਆਪਣੇ ਘਰ ਦੇ ਚਾਰ ਕੰਮ ਵੀ ਕਰ ਲੈਂਦੇ ਸੀ, ਬਟ ਅੱਜ ਦਾ ਜਿਹੜਾ ਕਲਚਰ ਹੈਗਾ ਉਹਦੇ 'ਚ ਵੀਡੀਓ, ਮਤਲਬ ਫਿਲਮਾਂ ਆਏ ਗਏ ਹੈ, ਵੀਡੀਓ ਸੌਂਗ ਚੱਲਦੇ ਹੈ, ਅਤੇ ਤੁਸੀਂ ਆਹ ਦੱਸੋ ਕਿ ਜਿਹੜੇ ਪੁਰਾਣੇ ਸੌਂਗ ਸੀਗੇ ਉਹ ਹੁਣ ਨਵੇਂ ਤਰੀਕੇ ਨਾਲ ਪੇਸ਼ ਹੋ ਰਹੇ ਹੈ, ਉਹਨਾਂ 'ਚ ਕੁਛ ਵਲਗੈਰਿਟੀ ਲਗਾ ਲਓ ਤੁਸੀਂ, ਕੁਛ ਇੱਦਾਂ ਦਾ ਆ ਰਿਹਾ ਜਿਹਦੇ ਨਾਲ ਬਜ਼ੁਰਗ ਵਗੈਰਾ ਦੇਖ ਨਹੀਂ ਸਕਦੇ, ਜ਼ਿਆਦਾ ਜ਼ਿਆਦਾ ਮਤਲਬ ਸ਼ੋਰ ਸ਼ਰਾਬਾ ਸੌਂਗ 'ਚ ਜ਼ਿਆਦਾ ਹੈਗਾ, ਬਟ ਉਹ ਪਹਿਲੇ ਵਾਲੀ ਗੱਲਬਾਤ ਜੀ ਨਹੀਂ ਰਹੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਹਾਂਜੀ ਮੈਡਮ ਜੀ, ਬਹੁਤ ਅੱਛਾ ਸਵਾਲ ਹੈ ਤੁਹਾਡਾ। ਗੱਲ ਇਹ ਹੈ ਵੀ ਪਹਿਲਾਂ ਗਾਣੇ ਸੁਣੇ ਜਾਂਦੇ ਸਨ, ਅੱਜ ਕੱਲ੍ਹ ਗਾਣੇ ਦੇਖੇ ਜਾਂਦੇ ਨੇ ਜੀ, ਇਹੋ ਹੀ ਫਰਕ ਹੈ। ਪਹਿਲਾਂ ਅਸੀਂ ਗਾਣਾ ਰੇਡੀਓ ਦੇ ਵਿੱਚ ਚੱਲਦਾ ਹੁੰਦਾ ਸੀ ਜਾਂ ਡੈਕ ਹੁੰਦੇ ਸੀ, ਕੈਸਟਾਂ ਹੁੰਦੀਆਂ ਸੀਗੀਆਂ, ਉਹ ਗਾਣਾ ਲਗਾ ਲੈਂਦੇ ਸੀ ਅਤੇ ਉਹ ਗਾਣਾ ਇੱਕ ਵਾਰੀ ਅਸੀਂ ਆਪਣਾ ਕੈਸਟ ਲਗਾ ਤੀ ਅਤੇ ਔਨ ਕਰਤੀ, ਉਹ 90 ਮਿੰਟ ਦੀ 30 ਮਿੰਟ ਦੀ ਕੈਸਟ ਹੁੰਦੀ, ਚੱਲੀ ਜਾਂਦੇ ਸੀ ਗਾਣੇ, ਅਸੀਂ ਆਪਣਾ ਕੰਮ ਵੀ ਕਰੀ ਜਾਂਦੇ ਸੀ ਅਤੇ ਨਾਲ ਨਾਲ ਗਾਣੇ 'ਤੇ ਸੁਣੀ ਜਾਂਦੇ ਸੀ ਅਤੇ ਨਾਲ ਹੀ ਆਪਣਾ ਸਾਡਾ ਕਾਰੋਬਾਰ ਵੀ ਚੱਲੀ ਜਾਂਦਾ ਸੀ। ਹੁਣ ਇਹ ਹੈ ਵੀ ਸਾਨੂੰ ਗਾਣਾ ਸੁਣਨ ਵਾਸਤੇ ਗਾਣਾ ਦੇਖਣਾ ਵੀ ਜ਼ਰੂਰੀ ਹੈ, ਕਿਉਂਕਿ ਅਸੀਂ ਗਾਣੇ ਦੀ ਸਟੋਰੀ ਜਦੋਂ ਤੱਕ ਗਾਣੇ ਦੇ ਹਿਸਾਬ ਨਾਲ ਸਟੋਰੀ ਬਣਦੀ ਹੈ, ਸਾਨੂੰ ਟੀਵੀ ਦੇ ਮੂਹਰੇ ਬੈਠਣਾ ਪੈਂਦਾ, ਟੀਵੀ ਦੇ ਮੂਹਰੇ ਬੈਠ ਕੇ ਫਿਰ ਅਸੀਂ ਸਾਡਾ ਕੰਸਟਰੇਸ਼ਨ ਉੱਥੇ ਬਣਾਉਣੀ ਪੈਂਦੀ ਹੈ ਸਾਨੂੰ, ਅਸੀਂ ਟੀਵੀ ਦੇ ਵੱਲ ਦੇਖਾਂਗੇ, ਗਾਣਾ ਸੁਣਾਂਗੇ, ਫਿਰ ਗਾਣਾ ਸਮਝ 'ਚ ਆਉਂਦਾ। ਸੋ ਸ਼ੋਰ ਸ਼ਰਾਬਾ ਜ਼ਿਆਦਾ ਹੈ ਅਤੇ ਥੋੜ੍ਹਾ ਜਿਹਾ ਅੱਜ ਕੱਲ੍ਹ ਚੱਲ ਰਿਹਾ, ਅਸੀਂ ਸੱਭਿਅਤਾ ਤੋਂ ਬਹੁਤ ਦੂਰ ਚਲੇ ਗਏ ਹਾਂ, ਇਹ ਤਾਂ ਗੱਲ ਮੰਨਣੀ ਪੈਣੀ ਹੈ, ਟ੍ਰੈਂਡ ਜਿਹੜਾ ਚੇਂਜ ਹੋ ਚੁੱਕਿਆ ਹੈ, ਪਹਿਲਾਂ ਵਰਗੀ ਗਾਣੇ ਵੀ ਨਹੀਂ ਰਹੇ, ਪਹਿਲਾਂ ਵਰਗੇ ਮਤਲਬ ਲੋਕ ਜਾਂ ਇਹ ਕਹਿ ਲਓ ਸਰੋਤੇ ਤਾਂ ਆਪਾਂ ਨਹੀਂ ਕਹਿ ਸਕਦੇ, ਸਰੋਤੇ ਤਾਂ ਹੈਗੇ ਨੇ, ਪਰ ਜੋ ਅਸੀਂ ਸਰੋਤਿਆਂ ਨੂੰ ਪਰੋਸਾਂਗੇ ਦੇਵਾਂਗੇ ਉਹਨਾਂ ਨੇ ਤਾਂ ਹੀ ਸੁਣਨਾ। ਸੋ ਮੈਂ ਕਲਾਕਾਰਾਂ ਨੂੰ ਵੀ ਅਤੇ ਸਾਰਿਆਂ ਨੂੰ ਇਹੀ ਕਹਾਂਗਾ ਕਿ ਅੱਛਾ ਗਾਓ, ਅੱਛਾ ਸੁਣੋ, ਅੱਛਾ ਸੁਣਾਓ, ਅਤੇ ਹੋ ਸਕਦਾ ਹੈ ਕੰਨ ਰਸ, ਕੰਨਾਂ ਦੇ ਨਾਲ ਜਿਹੜਾ ਕੰਨਾਂ ਨੂੰ ਸੋਹਣਾ ਲੱਗੇ, ਆਵਾਜ਼ ਦੇ ਵਿੱਚ ਮਿਠਾਸ ਹੋਵੇ, ਹੈ ਨਾ ਜੀ, ਇੱਦਾਂ ਦੇ ਗਾਣੇ ਹੋਣ ਜਿਹੜੇ ਕਿ ਸਾਡੇ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਜਾਣ। ਸੋ ਮੈਂ ਇਹੋ ਹੀ ਕਹਾਂਗਾ ਜੀ। ਮਨੋਲੀ ਜੀ, ਜਿੱਦਾਂ ਤੁਸੀਂ ਜਾਣਦੇ ਹੋ ਕਿ ਸਾਡੀ ਜਿਹੜੀ ਯੂਥ ਹੈ, ਜਿਹੜੀ ਜਨਰੇਸ਼ਨ ਹੈ ਸਾਡੀ ਅੱਜ ਦੀ, ਉਹ ਸੌਂਗ ਸੁਣਨੇ ਦੀ ਬਜਾਏ ਵੀਡੀਓ ਜ਼ਿਆਦਾ ਦੇਖਦੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਡਮ ਜੀ, ਵੀਡੀਓ ਦੇਖਣ ਦਾ ਸਾਡਾ ਕਾਰਨ ਇਹ ਹੁੰਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਵੇਂ ਸਦੀਕ ਸਾਹਿਬ ਸੀ, ਮਾਣਕ ਸਾਹਿਬ ਸੀ ਅਤੇ ਹੋਰ ਬਹੁਤ ਅੱਛੇ ਅੱਛੇ ਫਨਕਾਰ ਸੀ, ਉਹਨਾਂ ਦੀ ਆਵਾਜ਼ ਬੱਚੇ ਬੱਚੇ ਨੂੰ ਪਹਿਚਾਣ ਹੁੰਦੀ ਸੀ, ਅਤੇ ਗਾਣਾ ਜਦੋਂ ਵੱਜਦਾ ਸੀ ਪਹਿਲਾਂ ਤਾਂ ਵੱਡੇ ਵੱਡੇ ਲਾਊਡ ਸਪੀਕਰ ਪਿੰਡਾਂ ਦੇ ਵਿੱਚ ਵੱਜਦੇ ਹੁੰਦੇ ਸੀ, ਸਾਰਿਆਂ ਨੂੰ ਪਤਾ ਲੱਗਦਾ ਸੀ ਕਿ ਇਹ ਆਪਣਾ ਸਦੀਕ ਸਾਹਿਬ ਦਾ ਗਾਣਾ ਲੱਗਿਆ ਹੋਇਆ, ਇਹ ਮਾਣਕ ਸਾਹਿਬ ਦਾ ਗਾਣਾ ਹੈ, ਤਾਂ ਮਤਲਬ ਸਾਡੇ ਕੰਨਾਂ ਦੇ ਵਿੱਚ ਉਹਨਾਂ ਦੀ ਆਵਾਜ਼ ਰਸ ਜਿਹੜਾ ਸੀਗਾ ਨਾ, ਜਿਵੇਂ ਮਾਣਕ ਸਾਹਿਬ ਦਾ ਟੇਸਟ ਸੀ, ਸਦੀਕ ਸਾਹਿਬ ਦਾ ਟੇਸਟ ਸੀ, ਸਾਡੇ ਕੰਨਾਂ ਨੂੰ ਲੱਗਦਾ ਸੀ, ਪਹਿਚਾਣ ਲੈਂਦੇ ਸੀ। ਹੁਣ ਅੱਜ ਸਿੰਗਰ ਦੀ ਪਹਿਚਾਣ ਕਰਨ ਵਾਸਤੇ ਸਾਨੂੰ ਟੀਵੀ ਦੇ ਮੂਹਰੇ ਜਾਣਾ ਪੈਂਦਾ ਹੈ, ਕਿਉਂਕਿ ਗਾਣੇ ਦੇ ਵਿੱਚ ਸ਼ੋਰ ਜ਼ਿਆਦਾ ਹੁੰਦਾ ਹੈ, ਆਵਾਜ਼ ਘੱਟ ਹੁੰਦੀ ਹੈ, ਅਤੇ ਤਕਰੀਬਨ ਮਿਲਦੀ ਜੁਲਦੀ ਜੀ ਹੀ ਵੈਸਟਰਨ ਗਾਣੇ ਜ਼ਿਆਦਾ ਆਉਂਦੇ ਨੇ, ਸੋ ਉਹਦੇ ਵਿੱਚ ਪਤਾ ਨਹੀਂ ਲੱਗਦਾ,
ਸੋ ਕਈ ਵਾਰੀ ਤਾਂ ਇਹ ਹੁੰਦਾ ਕਿ 2-3 ਮਿੰਟ ਦਾ ਗਾਣਾ ਹੁੰਦਾ ਹੈ, ਤੋ ਅੱਧਾ ਗਾਣੇ ਤੋਂ ਬਾਅਦ ਹੀ ਸੁਣਨ ਤੋਂ ਬਾਅਦ ਹੀ ਪਤਾ ਲੱਗਦਾ ਕਿ ਫਲਾਣੇ ਸਿੰਗਰ ਦਾ ਗਾਣਾ ਹੈ। ਕਈ ਵਾਰੀ ਇੱਦਾਂ ਵੀ ਹੁੰਦਾ। ਸੋ ਇਹ ਵੀ ਇੱਕ ਕਾਰਨ, ਬਹੁਤ ਵੱਡਾ ਕਾਰਨ ਹੈ ਕਿ ਉਹਨਾਂ ਦੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਇੰਨੀ ਉਹ ਨਹੀਂ, ਕਿਉਂਕਿ ਪਹਿਲੇ ਕਲਾਕਾਰਾਂ ਨੂੰ ਅਸੀਂ ਬਾਖੂਬੀ ਸੁਣਦੇ ਸੀ, ਉਹ ਸੁਰੀਲੇ ਵੀ ਸਨ। ਅਤੇ ਇਹ ਨਹੀਂ ਹੈ ਕਿ ਅੱਜ ਨਹੀਂ ਸੁਰੀਲੇ, ਸੁਰੀਲੇ ਅੱਜ ਵੀ ਬਹੁਤ ਨੇ, ਪਰ ਅੱਜ ਕਿਤੇ ਨਾ ਕਿਤੇ ਮਿਊਜ਼ਿਕ ਹੈਵੀ ਹੁੰਦਾ। ਅਤੇ ਪਹਿਲਾਂ ਮਿਊਜ਼ਿਕ ਇੰਨਾ ਨਹੀਂ ਸੀ, ਸਿੰਗਰ ਨੂੰ ਪਹਿਚਾਣ ਲਿਆ ਜਾਂਦਾ ਸੀ, ਸਿੰਗਰ ਦੀ ਆਵਾਜ਼ ਬਹੁਤ ਥਾਂ ਦੇ ਕੇ ਬੰਦੇ ਦੇ ਵੱਜਦੀ ਸੀ ਅਤੇ ਉਹ ਪਤਾ ਲੱਗ ਜਾਂਦਾ ਸੀ। ਮਨੋਲੀ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਆਹ ਦੱਸੋ ਕਿ ਜਿਹੜੇ ਰਾਈਟਰਾਂ ਦੇ ਤੁਸੀਂ ਸੌਂਗ ਗਾਉਂਦੇ ਹੋ, ਤੁਹਾਡੇ ਰਾਈਟਰ ਤੁਹਾਡੇ ਤੋਂ ਖੁਸ਼ ਨੇ, ਮਤਲਬ ਪ੍ਰਸ਼ੰਸਾ ਹੁੰਦੀ ਹੈ ਗਾਣਿਆਂ 'ਚ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਹਾਂਜੀ ਮੈਡਮ ਜੀ, ਰਾਈਟਰ ਜਿਹੜੇ ਸਾਡੇ, ਉਹ ਸਾਡੇ ਮਤਲਬ ਇਹ ਕਹਿ ਲਓ ਕਿ ਸਾਡੇ ਖੰਭ ਹੁੰਦੇ ਨੇ ਜੀ, ਕਿਉਂਕਿ ਰਾਈਟਰ ਨੇ ਇੱਕ ਬੁੱਤ ਤਿਆਰ ਕਰਕੇ, ਜਿਵੇਂ ਕੋਈ ਗਾਣਾ ਕੋਈ ਲਿਖਦੇ ਨੇ ਅਤੇ ਉਹ ਬੁੱਤ ਤਿਆਰ ਕਰਦੇ ਨੇ, ਅਤੇ ਸਿੰਗਰ ਨੇ ਉਹਦੇ ਵਿੱਚ ਜਾਨ ਪਾਉਣੀ ਹੁੰਦੀ ਹੈ। ਸੋ ਇਸ ਕਰਕੇ ਰਾਈਟਰ ਤੋਂ ਬਿਨਾਂ ਸਿੰਗਰ ਅਧੂਰਾ ਹੈ। ਸੋ ਮੇਰੇ ਜਿੰਨੇ ਵੀ ਰਾਈਟਰ ਜਿਨ੍ਹਾਂ ਨਾਲ ਮੇਰਾ ਮੇਲ ਹੋਇਆ, ਸੋ ਅੱਜ ਕੱਲ੍ਹ ਤਾਂ ਮੈਂ ਆਪਣੇ ਵੱਡੇ ਵੀਰ ਮੇਰੇ ਮਨੋਲੀ ਦੇ ਹੀ ਹੈ, ਤਾਰਾ ਮਨੋਲੀ ਵਾਲਾ, ਉਹਨਾਂ ਦੇ ਲਿਖੇ ਗੀਤ ਮੈਂ ਗਾ ਰਿਹਾ। ਸੋ ਧਾਰਮਿਕ ਗੀਤ ਉਹਨਾਂ ਦਾ ਰਿਕਾਰਡ ਕੀਤਾ ਸੀ, ਇੱਕ ਫੌਜੀਆਂ ਬਾਰੇ ਕੀਤਾ ਸੀ ਆਪਣੇ ਦੇਸ਼ ਦੇ ਸਰਹੱਦਾਂ 'ਤੇ, ਉਹ ਵੀ ਉਹਨਾਂ ਦਾ ਲਿਖਿਆ ਸੀ। ਅਤੇ ਹੋਰ ਵੀ ਮੈਂ ਧਾਰਮਿਕ ਬਹੁਤ, ਜਿਵੇਂ ਭੇਟਾਂ, ਮਾਤਾ ਦੀਆਂ ਭੇਟਾਂ, ਬਾਬਾ ਬਾਲਕ ਨਾਥ ਜੀ ਦੀਆਂ, ਤੀਸਰੀ ਤੋਂ ਰਿਲੀਜ਼ ਹੋਈਆਂ ਸੀ ਸਾਡੀਆਂ ਬਾਬਾ ਬਾਲਕ ਨਾਥ ਜੀ ਦੀਆਂ ਭੇਟਾਂ, ਅਤੇ ਆਨੰਦ ਕੰਪਨੀ ਵਾਲਿਆਂ ਨੇ ਸਾਡੀ ਮਾਤਾ ਦੀਆਂ ਭੇਟਾਂ ਰਿਲੀਜ਼ ਕੀਤੀਆਂ ਸਨ ਜੀ, ਉਹ ਵੀ ਤਾਰਾ ਮਨੋਲੀ ਵਾਲੇ ਨੇ ਲਿਖੀਆਂ ਸੀ। ਅਤੇ ਉਸ ਤੋਂ ਇਲਾਵਾ ਮੈਂ ਬਹੁਤ ਅੱਛੇ ਅੱਛੇ ਰਾਈਟਰਸ, ਜਿਵੇਂ ਹਰੀ ਮੌਜਪੁਰੀ ਵਾਲਾ, ਫਕੀਰ ਜੀ ਮੌਲੀ ਵਾਲੇ ਨੇ, ਬਹੁਤ ਹੀ ਅੱਛੇ ਰਾਈਟਰ ਨੇ। ਸੋ ਸਰਦੂਲ ਸਾਹਿਬ ਜੀ ਨੇ ਉਹਨਾਂ ਦੇ ਬਹੁਤ ਗੀਤ ਗਾਏ ਨੇ, ਸਾਡੇ ਫਕੀਰ ਚੰਦ ਜੀ ਮੌਲੀ ਵਾਲਾ, ਫਕੀਰ ਜਿਹਨਾਂ ਨੂੰ ਕਹਿੰਦੇ ਨੇ ਆਪਾਂ, ਉਹਨਾਂ ਦੇ ਗੀਤ ਵੀ ਮੈਂ ਗਾਏ ਨੇ। ਅਤੇ ਸਾਡੇ ਪਿੰਡ ਦੇ ਵੀ ਰਾਈਟਰ ਕਾਫੀ ਨੇ, ਜਿਵੇਂ ਜੱਗੀ ਮਨੋਲੀ ਵਾਲੇ ਦੇ ਗੀਤ ਗਾਏ ਨੇ, ਹੋਰ ਮੰਨ ਲਓ ਕਿ ਜਿਵੇਂ ਸੁਰਜੀਤ ਖੈੜ ਵਾਲਾ ਸੀ, ਸੁੰਮੀ ਟੱਪਰੀਆਂ ਵਾਲਾ ਸੀ, ਕਾਫੀ ਸਾਰੇ ਮਤਲਬ ਰਾਈਟਰਾਂ ਨਾਲ ਮੈਂ ਕੰਮ ਕੀਤਾ, ਉਹ ਸਾਰੇ ਹੀ ਮੇਰੇ ਬਹੁਤ ਹੀ ਅੱਛੇ ਦੋਸਤ ਨੇ ਅਤੇ ਮੈਨੂੰ ਹੱਸ ਕੇ ਮਿਲਦੇ ਨੇ, ਸਾਰੇ ਮੈਂ ਤੋਂ ਸੰਤੁਸ਼ਟ ਨੇ, ਤੋ ਪ੍ਰਭਾਵਿਤ ਵੀ ਨੇ, ਤੋ ਮੈਨੂੰ ਬਹੁਤ ਪਿਆਰ ਵੀ ਕਰਦੇ ਨੇ। ਹਾਂਜੀ, ਫਿਰ 2 ਲਾਈਨਾਂ ਹੋ ਜਾਈ ਉਹਨਾਂ ਦੇ ਗੀਤ ਦੀ, ਜਿਹੜਾ ਸੁਣਾਓ ਸਾਡੇ ਦਰਸ਼ਕਾਂ ਨੂੰ। ਹਾਂਜੀ, ਮੈਂ ਤੁਹਾਨੂੰ ਇੱਕ ਕਰੋਨਾ ਬਾਰੇ ਗੀਤ ਸੁਣਾਉਂਦਾ, ਤਾਰਾ ਮਨੋਲੀ ਵਾਲੇ ਦਾ, ਜਿਹੜਾ ਹੁਣੇ ਆਪਾਂ ਵੈਸੇ ਹੀ, ਕਿਉਂਕਿ ਉਸ ਦੌਰਾਨ ਸਟੂਡੀਓ ਤਾਂ ਨਹੀਂ ਜਾ ਸਕੇ ਅਸੀਂ, ਫੋਨ 'ਤੇ ਹੀ ਇੱਦਾਂ ਹੀ ਕਰਕੇ ਗਾਣਾ ਪਾਇਆ ਸੀ ਅਤੇ ਬਹੁਤ ਹੀ ਲਾਈਕ ਕੀਤਾ। ਸੋ ਗਾਣਾ ਮੈਂ ਤੁਹਾਨੂੰ ਸੁਣਾਉਣ ਲੱਗੇ ਹਾਂ। ਐਸੀ ਫੈਲ ਗਈ ਕਰੋਨਾ ਮਹਾਮਾਰੀ, ਕਿੱਥੋਂ ਆਈ ਇਹ ਚੰਦਰੀ ਬਿਮਾਰੀ, ਕਿ ਦੁਨੀਆ ਦੀ ਮਤ ਮਾਰਦੀ, ਨੇੜੇ ਆਉਣ ਤੋਂ ਵੀ ਡਰੇ ਭੈਣ ਪਾਈ, ਨੇੜੇ ਆਉਣ ਤੋਂ ਵੀ ਡਰੇ ਭੈਣ ਪਾਈ, ਉਹਦਾ ਤੇ ਆ ਕੀ ਖੇਡ ਪਾ ਦਿੱਤੀ, ਵੇ ਤੇਰੀ ਖੇਡ ਸਾਨੂੰ ਸਮਝ ਨਾ ਆਈ, ਵੇ ਤੇਰੀ ਖੇਡ ਸਾਨੂੰ ਸਮਝ ਨਾ ਆਈ, ਉਹ ਵੇਲੀ ਦੁਨੀਆ ਬਿਠਾ ਦਿੱਤੀ, ਤੇਰੀ ਖੇਡ ਸਾਨੂੰ ਸਮਝ ਨਾ ਆਈ, ਵੇ ਤੇਰੀ ਖੇਡ ਸਾਨੂੰ ਸਮਝ ਨਾ ਆਈ ਵੇ। ਬਹੁਤ ਸੁੰਦਰ, ਬਹੁਤ ਪਿਆਰਾ ਸੌਂਗ ਸੁਣਾਇਆ ਤੁਸੀਂ। ਬਾਕੀ ਕਰੋਨਾ ਮਹਾਂਮਾਰੀ ਨੇ ਸਾਡੇ ਆਪਣਿਆਂ ਤੋਂ ਵੀ ਸਾਨੂੰ ਦੂਰ ਕਰਤਾ ਹੈ, ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਮਿਲ ਸਕਦੇ ਹਾਂ ਕਿਸੇ ਨਾਲ, ਅਸੀਂ ਜਿੱਦਾਂ ਪਹਿਲਾਂ ਹਾਏ ਹੈਲੋ ਕਰਦੇ ਸੀ ਉਹ ਵੀ ਦੂਰ ਹੋ ਗਿਆ ਹੈ ਬਹੁਤ। ਹਾਂਜੀ, ਇੱਕ ਮੈਡਮ ਜੀ, ਮੈਂ ਇਹਦੇ ਬਾਰੇ ਇੱਕ, ਮੈਂ ਹੋਰ ਕਰੋਨਾ ਬਾਰੇ ਮੈਂ ਇੱਕ ਹੋਰ ਮੈਸੇਜ ਵੀ ਦੇਣਾ ਚਾਹੁੰਦਾ, 2 ਲਾਈਨਾਂ ਵੀ ਨੇ ਅਤੇ ਨਾਲ ਹੀ ਉਹਦੇ ਨਾਲ ਇਹ ਹੈ ਕਿ ਸਾਨੂੰ ਮੌਜੂਦਾ ਹਾਲਾਤ ਦੇ ਨਾਲ ਕਿਵੇਂ ਜੂਝਣਾ ਚਾਹੀਦਾ, ਕਿਵੇਂ ਨਜਿੱਠਣਾ ਚਾਹੀਦਾ, ਕਿਵੇਂ ਰਹਿਣਾ ਸਹਿਣਾ, ਕਿਉਂਕਿ ਸਾਡਾ ਰਹਿਣ ਸਹਿਣ ਸਾਰਾ ਚੇਂਜ ਹੋ ਚੁੱਕਿਆ, ਬਹੁਤ ਜ਼ਰੂਰੀ ਹੈ। ਉਹਦੇ ਬਾਰੇ ਵੀ ਮੈਂ 2-4 ਲਾਈਨਾਂ ਤਾਰਾ ਮਨੋਲੀ ਵਾਲੀ ਦੀਆਂ ਲਿਖੀਆਂ ਮੈਂ ਤੁਹਾਨੂੰ ਕਹਿਣ ਲੱਗਿਆ। ਅਤੇ ਉਹ ਇੱਦਾਂ ਸੀਗੀਆਂ ਜੀ, ਹੱਥ ਧੋ ਲਓ ਸਾਬਣ ਨਾਲ, ਮੂੰਹ ਤੇ ਬੰਨ ਲਵੋ ਰੁਮਾਲ, ਹੱਥ ਧੋ ਲਓ ਸਾਬਣ ਨਾਲ, ਬੇ ਨਾਲੇ ਧੋਵੋ ਵਾਰੋ ਵਾਰ,
ਮੂੰਹ ਤੇ ਬੰਨ ਲਵੋ ਰੁਮਾਲ, ਕਰੋਨਾ ਆ ਨਾ ਜਾਵੇ। ਆਪਣਾ ਖੁਦ ਹੀ ਰੱਖੋ ਖਿਆਲ, ਕਰੋਨਾ ਆ ਨਾ ਜਾਵੇ। ਉਹ ਮੌਤ ਫਿਰਦੀ ਬਾਹਾਂ ਪਸਾਰ, ਕਰੋਨਾ ਆ ਨਾ ਜਾਵੇ। ਇਹ ਮੈਂ ਮੈਸੇਜ ਇਹ ਕਿਸ ਕਰਕੇ ਗਾਣੇ ਮੈਂ ਦੋ ਲਾਈਨਾਂ ਤੁਹਾਨੂੰ ਸੁਣਾ ਰਿਹਾ ਕਿ ਸਾਨੂੰ ਅੱਜ ਚਾਹੀਦਾ ਇਹ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਬਿਮਾਰੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ, ਸੋ ਸਾਨੂੰ ਆਪਣਾ ਖਿਆਲ ਆਪਣੇ ਆਪ ਨੂੰ ਖੁਦ ਹੀ ਰੱਖਣਾ ਚਾਹੀਦਾ ਹੈ। ਅਸੀਂ ਖੁਦ ਆਪਣੇ ਡਾਕਟਰ, ਸਾਨੂੰ ਖੁਦ ਹੀ ਆਪ ਹੀ ਬਣਨਾ ਪੈਣਾ ਮੈਡਮ ਜੀ, ਤਾਂ ਹੀ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਤੁਹਾਨੂੰ ਪਤਾ ਇਹਦੀ ਦਵਾਈ ਹਾਲੇ ਤਾਂ ਕੋਈ ਬਣੀ ਨਹੀਂ, ਅਤੇ ਇਹਦਾ ਪਰਹੇਜ਼ ਹੀ ਹੈ। ਬਸ ਤੁਸੀਂ ਆਪਣਾ ਧਿਆਨ ਰੱਖੋ, ਹੱਥ ਧੋ ਕੇ, ਜਿਵੇਂ ਵੀ ਤੁਹਾਨੂੰ ਪਤਾ ਹੀ ਹੈ ਜੀ ਸਾਰਾ ਕੁਛ। ਬਿਲਕੁਲ ਬਿਲਕੁਲ ਦਰਸ਼ਕੋ, ਰੱਬ ਦਾ ਨਾਮ ਲਿਓ ਕਿ ਛੇਤੀ ਤੋਂ ਛੇਤੀ ਸਾਨੂੰ ਇਸ ਬਿਮਾਰੀ ਤੋਂ ਨਿਜਾਤ ਮਿਲੇ ਅਤੇ ਸਾਡੀ ਇੰਡਸਟਰੀ ਫਲਦੀ ਫੁੱਲਦੀ ਰਹੇ। ਆਖਰ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਸੋ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।